ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਪੰਜਾਬ ਅੱਡਾ 247 ਤੇ ਮੇਰਾ ਨਾਮ ਹੈ ਗਗਨ ਤੇ ਇੱਕ ਬਹੁਤ ਹੀ ਛੋਟੀ ਜੀ ਗੱਲ ਤੁਹਾਡੇ ਨਾਲ ਸਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨ ਆਇਆ ਜਿੱਦਾਂ ਤੁਹਾਨੂੰ ਪਤਾ ਹੈ ਇਹ ਦੋਨੇ ਪੇਪਰ ਜਿਹੜੇ ਸਾਡੇ ਇਸ ਟਾਈਮ ਸਿਰਤੇ ਨੇ ਬਿਲਕੁਲ ਸਿਰਤੇ ਨੇ ਬਿਲਕੁਲ ਮਤਲਬ ਬੈਠੇ ਹੋਏ ਨੇ ਪੰਜਾਬ ਪਟਵਾਰੀ ਦਾ ਪੇਪਰ ਜਿਹੜਾ ਹੋ ਰਿਹਾ ਕਦੋਂ 14 ਮਈ ਨੂੰ ਹੋ ਰਿਹਾ ਪੇਪਰ ਠੀਕ ਹੈ ਜੀ ਉਹਦੇ ਇੱਕ ਹਫ਼ਤੇ ਬਾਅਦ ਠੀਕ ਇੱਕ ਹਫ਼ਤੇ ਬਾਅਦ ਪੇਪਰ ਹੋ ਰਿਹਾ 21 ਮਈ ਨੂੰ ਥੋੜੇ ਵਿੱਚੋਂ ਮੈਨੇ ਮੈਂ ਜਿਹਦੇ ਬੱਚਾ ਨਾਲ ਇੱਕ ਪੋਲ ਕਰਾਈ ਸੀਗੀ ਇੱਕ ਪੋਲ ਕੀਤੀ ਸੀ ਤਾਂ ਪੋਲ 'ਚ ਮੈਨੂੰ ਪਤਾ ਲੱਗਿਆ ਕਿ ਮਿਨਿਮਮ ਤੋਂ ਮਿਨਿਮਮ 60% ਬੱਚਾ ਨੇ ਦੋਨੇ ਪੇਪਰ ਭਰੇ ਹੋਏ ਨੇ ਇਹ ਵੀ ਭਰਿਆ ਹੋਇਆ ਉਹਨਾਂ ਨੇ ਤੇ ਇਹ ਵੀ ਭਰਿਆ ਹੋਇਆ ਉਹਨਾਂ ਨੇ ਤਾਂ ਦੋਨਾਂ ਦੀ ਤਿਆਰੀ ਲਈ ਤੁਹਾਨੂੰ ਇੱਕ ਹੀ ਚੀਜ਼ ਕਰਨੀ ਪੈਣੀ ਹੈ ਸਿਲੇਬਸ ਸੇਮ ਹੈ ਪੈਟਰਨ ਸੇਮ ਹੈ ਨੰਬਰ ਸੇਮ ਨੇ ਉਹੀ ਪੰਜਾਬੀ ਦਾ ਪੇਪਰ ਹੈ ਉਹੀ ਮੈਥ ਉਹੀ ਰੀਜ਼ਨਿੰਗ ਉਹੀ ਪੰਜਾਬੀ ਉਹੀ ਪੰਜਾਬ ਜੀ ਕੇ ਫਰਕ ਬਸ ਕੀ ਪਾਊਗਾ ਫਰਕ ਬਸ ਪਾਊਗਾ ਪਟਵਾਰੀ ਦੇ ਵਿੱਚ ਜਿਹੜੀ ਤੁਹਾਨੂੰ ਆਊਗੀ ਮੈਨਸੂਰੇਸ਼ਨ ਕਰਨੀ ਜਿਹੜੀ ਆਊਗੀ ਤੁਹਾਨੂੰ ਮੈਨਸੂਰੇਸ਼ਨ ਕਰਨੀ ਬਟ ਜੇ ਤੁਹਾਡੀ ਮੈਥ ਵਧੀਆ ਹੈ ਫਿਰ ਕੋਈ ਚੱਕਰ ਹੀ ਹੈ ਨਹੀਂ ਤਾਂ ਤਾਂ ਦੋਨਾਂ ਦੀ ਸੇਮ ਹੀ ਤਿਆਰੀ ਚੱਲੋ ਤਾਂ ਹੁਣ ਅੱਜ ਤਰੀਕ ਹੋ ਚੁੱਕੀ ਹੈ 17 ਅਪ੍ਰੈਲ ਅਗਲੀ 17 ਤੱਕ ਤੁਹਾਡਾ ਪਟਵਾਰੀ ਦਾ ਪੇਪਰ ਨਿਕਲ ਚੁੱਕਾ ਹੋਊਗਾ ਤੇ 3 ਦਿਨ ਬਾਅਦ ਤੁਹਾਡਾ ਐਕਸਾਈਜ਼ ਦਾ ਪੇਪਰ ਹੋਊਗਾ ਬੱਚੋ ਇਹ ਜਿਹੜੇ ਅਖੀਰਲੇ ਦਿਨ ਨੇ ਨਾ ਇਹਨਾਂ ਨੂੰ ਨਾ ਬਣਾ ਕੇ ਰੱਖੋ ਜਿਹੜਾ ਤੁਹਾਡਾ ਮੋਟੀਵੇਸ਼ਨ ਹੈ ਤੁਹਾਡਾ ਜਿਹੜਾ ਮੋਰਲ ਹੈ ਨਾ ਉਹਨੂੰ ਡਾਊਨ ਨਾ ਹੋਣ ਦਿਓ ਠੀਕ ਹੈ ਐ ਨਾ ਕਰੋ ਵੀ ਸੰਡੇ ਨੂੰ ਕਿਸੇ ਦੇ ਵਿਆਹ ਚ ਜਾਣਾ ਹੈ ਸੰਡੇ ਨੂੰ ਮੇਰੇ ਮਾਸਤੀ ਦੇ ਮੁੰਡੇ ਦਾ ਵਿਆਹ ਛੱਡ ਦੋ ਵਿਆਹ ਕੋਈ ਚੱਕਰ ਨਹੀਂ ਹੈ ਇੱਕ ਦਿਨ ਵਿਆਹ ਛੱਡ ਸਕ ਜੇ ਟਾਈਮ ਹੁੰਦਾ ਮੈਂ ਕਹਿੰਦਾ ਹਾਂ ਕੋਈ ਨਾ ਜਾਓ ਜੀਣਾ ਵੀ ਜ਼ਰੂਰੀ ਹੈ ਐਨਜੋਏ ਕਰਨਾ ਵੀ ਜ਼ਰੂਰੀ ਹੈ ਲੇਕਿਨ ਇਸ ਟਾਈਮ ਤੇ ਨਹੀਂ ਲਾਸਟ ਦਾ ਟਾਈਮ ਹੈ ਕਿਉਂਕਿ ਸਭ ਨੂੰ ਪਤਾ ਇੱਕਦਮ ਆਏ ਦੋਨੇ ਪੇਪਰ ਅਸੀਂ ਐਕਸਪੈਕਟ ਨਹੀਂ ਕੀਤੇ ਸੀਗਾ ਕਿ ਇੰਨੀ ਛੇਤੀ ਆਜੂਗੇ ਪੇਪਰ ਗਲਤ ਤਾਂ ਨਹੀਂ ਕਹਿ ਰਿਹਾ ਮੈਂ ਅਸੀਂ ਦੋਨਾਂ ਨੇ ਐਕਸਪੈਕਟ ਨਹੀਂ ਕੀਤੇ ਸੀਗਾ ਕਿ ਇੰਨੀ ਛੇਤੀ ਆਜੂਗੇ ਪੇਪਰ ਲੇਕਿਨ ਆ ਚੁੱਕੇ ਨੇ ਪੇਪਰ ਹੁਣ ਉਹਦੇ ਪਿੱਛੇ ਕੋਈ ਦੋ ਰਾਹੇ ਨਹੀਂ ਹੈ ਕਿ ਅਸੀਂ ਜਾ ਕੇ ਸੋਚੂਗਾ ਕਿ ਓਹੋ ਕੀ ਪਤਾ ਜੇ ਮੈਨੂੰ ਉਹ ਟਾਈਮ ਮਿਲ ਜਾਂਦਾ ਨਾ ਮੈਨੂੰ ਜੇ ਮੈਨੂੰ 1 ਮਹੀਨਾ ਮਿਲ ਜਾਂਦਾ ਨਾ ਵੀਰੇ ਨਹੀਂ ਮਿਲਿਆ ਹੁਣ ਉਹ ਪਿੱਛੇ ਉਹਦੇ ਪਿੱਛੇ ਵਾਲੀ ਗੱਲਾਂ ਪਿੱਛੇ ਰੋਕੇ ਫਾਇਦਾ ਨਹੀਂ ਜੇ ਉਹ ਹੋ ਜਾਂਦਾ ਜੇ ਇਹ ਕਰ ਲੈਂਦੇ ਕਾਸ਼ ਦੁਬਾਰੇ ਕਹਿਣਾ ਕਾਸ਼ ਕਾਸ਼ ਵਾਲਾ ਕੰਮ ਛੱਡ ਦੋ ਹੁਣ ਬਸ ਡਟ ਜੋ ਠੀਕ ਹੈ ਇਹ ਅਗਲਾ ਜਿਹੜਾ ਮਹੀਨਾ ਰਹਿ ਗਿਆ ਤੁਹਾਡਾ ਮਹੀਨਾ ਵੀ ਕਿਤੇ ਬੱਚੀ 26 ਦਿਨ ਰਹਿ ਗਏ ਨੇ ਇਹ 25 26 ਦਿਨ ਜੇ ਤੁਸੀਂ ਆਪਣਾ ਪੂਰਾ 100% ਦੇ ਦਿੰਦੇ ਹੋ ਨਾ ਅਗਲੀ ਜ਼ਿੰਦਗੀ ਤੇ ਪੂਰੇ 30 40 ਸਾਲ ਤੁਹਾਡੇ ਸੁਧਰ ਜਾਣੇ ਕਿਉਂ ਸੁਧਰ ਜਾਣੇ ਨੌਕਰੀ ਲੱਗ ਜੂਗੀ ਯਾਰ ਸਰਕਾਰੀ ਨੌਕਰੀ ਲੱਗ ਜੂਗੀ ਫਿਰ 58 60 ਸਾਲਾਂ ਤੱਕ ਨੌਕਰੀ ਕਰੋਗੇ ਇਹ ਜਿਹੜਾ ਲਾਸਟ ਵਾਲਾ ਟਾਈਮ ਹੈ ਨਾ ਬਸ ਇਹਦੇ ਵਿੱਚ ਡਟ ਜੋ ਇਦੇ ਵਿੱਚ ਕੋਈ ਕਸਰ ਨਾ ਛੱਡੋ ਵੀ ਆਰ ਕਿਸੇ ਦਾ ਹੈਪੀ ਬਰਥਡੇ ਆ ਗਿਆ ਰਾਤੀ ਗੇੜੀ ਮਾਰਨ ਜਾਣਾ ਹੈ ਸ਼ਨੀਵਾਰ ਹੈ ਵੀਕਐਂਡ ਤੇ ਵੀ 플ਾਨ ਬਣੇ ਹੋਏ ਨੇ ਠੀਕ ਹੈ ਪਹਾੜਾਂ 'ਚ ਗੱਡੀਆਂ 'ਚ ਗੇੜੀ ਮਾਰਨ ਜਾਣਾ ਹੈ ਕਿਸੇ ਦਾ ਵਿਆਹ ਆ ਗਿਆ ਕਿਸੇ ਦੀ ਸ਼ਾਦੀ ਆ ਗਈ ਜੋ ਕੁਝ ਵੀ ਹੈ ਛੱਡ ਦਿਓ ਇਹ ਲਾਸਟ ਅਲਾ ਟਾਈਮ ਹੈ ਜਿਹੜਾ ਕੋਈ ਕਹੇ ਕਿ ਯਾਰ ਤੂੰ ਬਾਈ ਨਹੀਂ ਹੈ ਬਾਈ ਨਹੀਂ ਹੈ ਕਹਿੰਦੇ ਹਾਂ ਯਾਰ ਨਹੀਂ ਹੂੰ ਬਾਈ ਇਹ ਇਸ ਮਹੀਨੇ ਲਈ ਕਹਿੰਦੇ ਮੈਂ ਕੋਈ ਬਾਈ ਨਹੀਂ ਮੈਂ ਕੋਈ ਭੈਣ ਨਹੀਂ ਬਸ ਕੁਝ ਨਹੀਂ ਆ ਮੈਂ ਇਸ ਟਾਈਮ ਮੈਨੂੰ ਬਸ ਪੜ੍ਹਨਾ ਹੈ ਜੇ ਕੋਈ ਕਹਿ ਰਿਹਾ ਨਾ ਤੁਹਾਨੂੰ ਵੀ ਅੱਛਾ ਮੇਰਾ ਵਿਆਹ ਹੈ ਤੂੰ ਆਏਗਾ ਨਹੀਂ ਦੇਖ ਲੈ ਮੈਂ ਗੱਲ ਨਹੀਂ ਕਰੂੰਗਾ ਕਹਿੰਦੇ ਹਾਂ ਠੀਕ ਹੈ ਮਜ਼ਾਕ ਅਲੀ ਗੱਲ ਨਹੀਂ ਇੱਕ ਵਾਰ ਤੁਸੀਂ ਸਕਸੈਸਫੁਲ ਹੋਵੋਗੇ ਨਾ ਆਪਣਾ ਬੁਲਾਉਂਗੇ ਜਦੋਂ ਤੁਸੀਂ ਪਟਵਾਰੀ ਲੱਗ ਗਏ ਨਾ ਤੇ ਉਹਨਾਂ ਨੇ ਜਦੋਂ ਕੰਮ ਪਿਆ ਉਹਨਾਂ ਨੇ ਤੁਹਾਨੂੰ ਹੀ ਫੋਨ ਕਰਨਾ ਅੱਛਾ ਇਹ ਦੇਖੀਂ ਜਰਾ ਮੜਾ ਜੇ ਕਾਗਜ਼ ਨੇ ਮੇਰੇ ਐਂ ਕਰਕੇ ਜਦੋਂ ਐਕਸਾਈਜ਼ ਇਨਸਪੈਕਟਰ ਲੱਗ ਗਏ ਨਾ ਜੇ ਕੁਝ ਕਪਲਾ ਹੋਇਆ ਹੈ ਨਾ ਉਹਨਾਂ ਨੇ ਇਹ ਕਹੀ ਯਾਰ ਭਾਈ ਯਾਰ ਦਿਖੀਂ ਯਾਰ ਮੜਾ ਜੇ ਯਾਰ ਕੁਝ ਚੱਕਰ ਤਾਂ ਨਹੀਂ ਪੈਣਾ ਮਤਲਬ ਕੁਝ ਟੈਕਸ ਟੁਕਸ ਦਾ ਤੁਹਾਡੇ ਕੋਲ ਹੀ ਆਣਗੇ ਸਾਰ ਬੱਚੋ ਇਹ ਮੌਕੇ ਬਾਰ ਬਾਰ ਨਹੀਂ ਆਉਂਦੇ ਯਾਰ ਪਟਵਾਰੀ ਦਾ ਪੇਪਰ 2016 ਚ ਆਇਆ ਸੀਗਾ ਫਿਰ ਉਸ ਤੋਂ ਬਾਅਦ ਪਤਾ ਕਦੋਂ ਆਇਆ 5 ਸਾਲਾਂ ਬਾਅਦ ਆਇਆ ਠੀਕ ਹੈ ਜਿਨ੍ਹਾਂ ਨੂੰ ਲੱਗ ਰਿਹਾ ਨਾ ਵੀ ਅਗਲੇ ਸਾਲ ਫਿਰ ਆ ਜਾਏਗਾ ਪੇਪਰ ਭਾਈ ਜੀ 2016 ਚ ਆਇਆ ਸੀਗਾ ਪੇਪਰ ਫਿਰ 5 ਸਾਲਾਂ ਬਾਅਦ 2021 ਚ ਆਇਆ ਪੇਪਰ ਤੇ ਹੁਣ 2023 ਚ ਆ ਚੁੱਕਾ ਹੈ ਪੇਪਰ ਤੇ ਹੁਣ ਪਤਾ ਨਹੀਂ ਦੁਬਾਰੇ ਕਦੋਂ ਆਊਗਾ ਪੇਪਰ ਆਊਗਾ ਵੀ ਇਹ ਨਹੀਂ ਆਊਗਾ ਪਤਾ ਨਹੀਂ ਬਹੁਤ ਰੇਅਰ ਚਾਂਸ ਹੈ ਆ ਗਿਆ ਬਹੁਤ ਵਧੀਆ ਗੱਲ ਹੈ ਜੇ ਨਹੀਂ ਆਇਆ ਫਿਰ ਕੀ ਕਰੋਗੇ ਐਕਸਾਈਟ ਇਨਸਪੈਕਟਰ ਦੀ ਗੱਲ ਕਰਦਾ ਉਹ ਵੀ ਪੇਪਰ ਸੇਮ ਗੱਲ ਉਹੀ ਉਹਦੀ ਵੀ ਠੀਕ ਹੈ 2021 ਚ ਆਇਆ ਸੀਗਾ ਇਹ ਪੇਪਰ ਇਹ ਹੁਣ 2023 ਚ ਆ ਗਿਆ ਹੈ ਤੇ ਹੁਣ ਅੱਗੇ ਆਊਗਾ ਨਹੀਂ ਆਊਗਾ ਕਦੇ ਵੀ ਨਹੀਂ ਆਊਗਾ ਕੱਲ ਅਕੱਲ ਹੀ ਆ ਜਾਊਗਾ ਕੁਝ ਪਤਾ ਨਹੀਂ ਤਾਂ ਜਦੋਂ ਮੌਕਾ ਮਿਲਿਆ ਹੈ ਉਹਨੂੰ ਸੰਭਾਲ ਲਓ ਤੁਹਾਨੂੰ ਲੱਗ ਰਿਹਾ ਕਿ ਯਾਰ ਤਿਆਰੀ ਤਾਂ ਹੈ ਨਹੀਂ ਮੇਰੀ ਮੈਨੂੰ ਪਤਾ ਤੁਹਾਡੇ ਵਿੱਚ ਉਹਦੇ ਲੱਗੇ ਹੋਣੇ ਮੰਮੀ ਯਾਰ ਤੁਹਾਨੂੰ ਪਤਾ ਤਾਂ ਹੈ ਡੈਡੀ ਆ ਉਹ ਅਸੀਂ ਤਾਂ ਤਿਆਰੀ ਕਰਦੇ ਸੀ ਯਾਰ ਜੁਲਾਈ ਚ ਹੋਣਾ ਸੀ ਪੇਪਰ ਸਰਕਾਰਾਂ ਨੇ ਬੇਵਕੂ ਬਣਾਇਆ ਹੋਇਆ ਬੇਵਕੂਫ ਕੱਲਾ ਜੇ ਬਣ ਰਿਹਾ ਕੱਲਾ ਥੋੜਾ ਨਹੀਂ ਬਣੂਗਾ ਬੇਵਕੂਫ ਤੁਹਾਡੇ ਨਾਲ ਜਿਹੜੇ ਪੇਪਰ ਦੇਣਗੇ ਤਿੰਨ ਤੋਂ 4 ਲੱਖ ਬੱਚਿਆਂ ਦਾ ਬਣੂਗਾ ਉਹ ਬੇਵਕੂਫ ਨਾਲੇ ਉਹ ਬੇਵਕੂਫ ਨਹੀਂ ਬਣੂਗਾ ਇਹਨਾਂ ਜਿਹੜੇ ਬੇਵਕੂਫ ਜਿਹੜਾ ਨੂੰ ਤੁਸੀਂ ਕਹਿ ਰਹੇ ਹੋ ਨਾ ਇਹਨਾਂ ਵਿੱਚੋਂ ਹੀ 710 ਬੰਦੇ ਪਟਵਾਰੀ ਲੱਗਣਗੇ ਇਹਨਾਂ ਵਿੱਚੋਂ ਹੀ ਬੱਚੇ ਐਕਸਾਈਜ਼ ਇਨਸਪੈਕਟਰ ਲੱਗਣਗੇ ਤੇ ਤੁਸੀਂ ਬੇਵਕੂਫ ਬਣੋਗੇ ਤਾਂ ਇਹ ਵਾਲਾ ਬਹਾਨਾ ਛੱਡ ਦਿਓ ਆਪਣੇ ਅੰਦਰੋਂ ਕਿ ਜੀ ਟਾਈਮ ਨਹੀਂ ਹੈ ਇੱਕਦਮ ਆ ਗਿਆ ਪੇਪਰ ਅਸੀਂ ਤਿਆਰ ਨਹੀਂ ਸੀਗੇ ਟਾਈਮ ਹੈ ਮੌਕਾ ਸੰਭਾਲ ਲਓ ਪਿਛਲੇ 5 6 7 8 ਮਹੀਨੇ ਤੁਸੀਂ ਜੋ ਵੀ ਕਰਦੇ ਗਏ ਜੋ ਵੀ ਗੰਦ ਸੁਭਾਤ ਤੁਸੀਂ ਪਾਇਆ ਕੋਈ ਮੈਟਰ ਨਹੀਂ ਕਰਦਾ ਇਹ ਲਾਸਟ ਵਾਲਾ ਮਹੀਨਾ ਨਾਲ ਆਪਣੀ ਪੂਰੀ એનર્ਜੀ ਨਾਲ ਉਹਦੇ ਵੱਲ ਝੋਕ ਦੋ ਕਿਉਂਕਿ ਅਕਸਰ ਹੁੰਦਾ ਬੱਚੇ ਪੜਦੇ ਰਹਿੰਦੇ ਨੇ ਤੇ ਲਾਸਟ ਮਹੀਨੇ ਆ ਕੇ ਕਬਰਾਂ ਜਾਂਦੇ ਨੇ ਕਿ ਉਹ ਯਾਰ ਪੇਪਰ 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 ਪੜ ਰਹੇ ਨੇ ਟੈਨਸ਼ਨ ਬਹੁਤ ਹੈ ਲੇਕਿਨ ਅਸਲ ਚ ਪੜਾਈ ਕੁਝ ਵੀ ਨਹੀਂ ਹੋ ਰਹੀ ਕਿਉਂ ਕਿ ਟੈਨਸ਼ਨ ਹਿਸਟਰੀ ਪੜ ਰਹਿ ਲੱਗ ਰਿਹਾ ਜੀ ਜੀਓਗ੍ਰਾਫੀ ਰਹਿ ਜੀ ਜੀਓਗ੍ਰਾਫੀ ਪੜ ਰਹਿ ਲੱਗਦਾ ਮੈਥ ਰਹਿ ਜੂ ਮੈਥ ਪੜ ਰਹਿ ਲੱਗਦਾ ਰੀਜ਼ਨਿੰਗ ਰਹਿ ਜੂ ਰੀਜ਼ਨਿੰਗ ਪੜ ਰਹਿ ਲੱਗਦਾ ਅੰਗਰੇਜ਼ ਤੇ ਕੁਝ ਬੱਚੇ ਐ ਨੇ ਯਾਰ ਹੁਣ ਤੱਕ ਮੈਂ ਪੜਿਆ ਨਹੀਂ ਮਹੀਨੇ ਚ ਮੈਂ ਕੀ ਕਰ ਲੂੰਗਾ 노 ਡਾਊਟ ਬਹੁਤ ਮੁਸ਼ਕਿਲ ਹੈ ਜਿੱਦਾਂ ਮਹਿੰਦਰ ਸਿੰਘ ਤੋਂ ਨਹੀਂ ਕਹਿੰਦਾ ਜੇ ਤੁਸੀਂ ਸਾਰਾ ਸਾਲ ਪੜ੍ਹੇ ਨਹੀਂ ਹੋ ਤਾਂ ਇੱਕ ਦਿਨ ਪੇਪਰ ਤੋਂ ਪਹਿਲਾਂ ਵੀ ਪੜ੍ਹ ਕੇ ਤੁਸੀਂ ਕੁਝ ਨਹੀਂ ਕਰ ਲੋਗੇ ਤੇ ਜੇ ਸਾਰਾ ਸਾਲ ਤੁਸੀਂ ਪੜ੍ਹੇ ਹੋ ਤੇ ਪੇਪਰ ਤੋਂ ਇੱਕ ਦਿਨ ਪਹਿਲਾਂ ਜੇ ਨਾ ਵੀ ਪੜ੍ਹੋ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਲੇਕਿਨ ਟਰਾਈ ਵੀ ਨਾ ਕਰੀਏ ਕੋਸ਼ਿਸ਼ ਵੀ ਨਾ ਕਰੀਏ ਦੇਖੋ ਟਾਈਮ ਦਾ ਕੁਝ ਨਹੀਂ ਪਤਾ ਲੱਗਦਾ ਦੇਖੋ ਮੈਂ ਤਾਂ ਬਈ ਕਿਸਮਤ 'ਚ ਬਲੀਵ ਕਰਦਾ ਕਿਉਂਕਿ ਦੇਖੋ ਜਿਹੜੀ ਤੁਹਾਡੀ ਕਿਸਮਤ 'ਚ ਹੋਣਾ ਹੈ ਨਾ ਉਹ ਹੋਣਾ ਹੈ ਮੈਂ ਐਗਜ਼ਾਮਪਲ ਆਉਂਦਾ ਮੈਂ ਕਦੇ ਨਹੀਂ ਸੋਚਿਆ ਸੀਗਾ ਮੈਂ ਇਦਾਂ ਤੁਹਾਡੇ ਸਾਹਮਣੇ ਖੜਾ ਹੋ ਕੇ ਮੈਂ ਪੜ੍ਹਾਉਂਗਾ ਮੈਂ ਤੁਹਾਨੂੰ ਯਾਰ ਮੈਂ ਕਦੇ ਨਹੀਂ ਸੋਚਿਆ ਸੀਗਾ ਮੈਨੂੰ ਘਰਦਿਆਂ ਨੇ ਭੇਜਤਾ ਬਾਹਰ ਪੜਨ ਭੇਜਿਆ ਮੈਨੂੰ ਘਰੋਂ ਬਾਹਰ ਭੇਜਿਆ ਜਦੋਂ ਫਿਰ ਕਾਲਜ ਹੋਇਆ ਉਸ ਤੋਂ ਬਾਅਦ ਜਿਹੜੇ ਪੇਪਰ ਦਿੱਤੇ ਮੈਂ ਇਸ ਟਾਈਮੇ ਸਰਕਾਰੀ ਨੌਕਰੀ ਲੱਗਿਆ ਹੋ ਸਕਦਾ ਸੀਗਾ ਇਸ ਟਾਈਮ ਮੇਰੀ ਅਜੇ ਜੁਆਇਨਿੰਗ ਆ ਰਹੀ ਹੋਈ ਸੀ ਹੁੰਦੀ ਸੀ ਲੇਕਿਨ ਮੈਂ ਉੱਥੇ ਨਹੀਂ ਮੈਂ ਇੱਥੇ ਆ ਮੈਂ ਕਿਸਮਤ ਉੱਤੇ ਬਹੁਤ ਬੀਲੀਵ ਕਰਦਾ ਯਾਰ ਲੇਕਿਨ ਕਿਸਮਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਹੱਥ ਤੇ ਹੱਥ ਧਰ ਕੇ ਬਹਿ ਜਾਈਏ ਕੰਮ ਕਰੀ ਚੱਲੋ ਕਿਸਮਤ ਵੀ ਉਹਨਾਂ ਦਾ ਹੱਥ ਦੇਉਗੀ ਵੀ ਤੁਸੀਂ ਕੁਝ ਕਰ ਰਹੇ ਹੋ ਐ ਨਹੀਂ ਹੈ ਨਾ ਤੁਸੀਂ ਘਰੇ ਬੈਠੇ ਹੋ ਨਹੀਂ ਨਹੀਂ ਗਗਨ ਸਰ ਨੇ ਕਿਹਾ ਤਾਂ ਕਿਸਮਤ ਕਿਸਮਤ ਵੀ ਉਹਨਾਂ ਦਾ ਹਿਸਾਬ ਦੇਉਗੀ ਜਦੋਂ ਤੁਸੀਂ ਕੁਝ ਕਰਮ ਕਰ ਰਹੇ ਹੋ ਕੁਝ ਕਰ ਹੀ ਨਹੀਂ ਰਹੇ ਫਿਰ ਕਿਸਮਤ ਨੇ ਕੀ ਕਰਨਾ ਫਿਰ ਤਾਂ ਘਰੇ ਬੈਠੇ ਹੋਗੇ ਆਸ਼ਕੀ ਹਮਾਰੀ ਜਾਓ ਜਦੋਂ ਕੁੜੀ ਦੀ ਵਿਆਹ ਹੋ ਗਿਆ ਮੁੰਡੇ ਦਾ ਵਿਆਹ ਹੋ ਗਿਆ ਫਿਰ ਬਸ ਘਰੇ ਬੈਠੇ ਰਹੇ ਹੋ ਦੇਖੋ ਬੁਰਾ ਨਾ ਮੰਨਿਓ ਕੁੜੀਆਂ ਦਾ ਫੇਰ ਵੀ ਸਰ ਜਾਣਾ ਮੁੰਡੇ ਤੁਸੀਂ ਕੀ ਕਰੋਗੇ ਮੁੰਡਿਆ ਤੁਸੀਂ ਕੀ ਕਰੋਗੇ ਕੁੜੀਆਂ ਦਾ ਤਾਂ ਵਿਆਹ ਹੋ ਜਾਣਾ ਪਟ ਕੁੜੀਆਂ ਨੂੰ ਵੀ ਐ ਨਹੀਂ ਸੋਚਣਾ ਇਹਦਾ ਮੇਰਾ ਤਾਂ ਵਿਆਹ ਹੋ ਜਾਊਗਾ ਮੈਨੂੰ ਕੀ ਹੈ ਆਪਣੇ ਜੇ ਪੈਰਾਂ ਤੇ ਖਲੋਣਾ ਹੈ ਨਾ ਆਪਣੀ ਜੇ ਕੁਝ ਆਈਡੈਂਟੀਟੀ ਬਣਾਣੀ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਨੌਕਰੀ ਕਰਨੀ ਮੁੰਡਿਆਂ ਤੁਹਾਡੇ ਲਈ ਤਾਂ ਵੈਸੇ ਹੀ ਹੈ ਜ਼ਿਆਦਾ ਜ਼ਰੂਰੀ ਤਾਂ ਇਹ ਜਿਹੜਾ ਅਖੀਰਲਾ ਮਹੀਨਾ ਹੈ ਨਾ ਇਹਨੂੰ ਆਪਣਾ 100% ਦਿਓ ਠੀਕ ਹੈ ਤੁਹਾਨੂੰ ਤਿਆਰੀ ਕਰਨ ਚ ਹੈਲਪ ਚਾਹੀਦੀ ਐ ਅਸੀਂ ਬੈਠੇ ਹੋਏ ਆ ਯਾਰ ਸਵੇਰੇ 9 ਵਜੇ ਇੱਕ ਤਾਂ ਕਰੰਟ ਅਫੇਅਰ ਦੀ ਕਲਾਸ ਮਿਸ ਨਾ ਕਰੋ ਦੂਜੀ ਚੀਜ਼ ਵੈਸੇ ਤਾਂ 11 April ਤੋਂ ਸ਼ੁਰੂ ਹੋ ਗਏ ਸੀਗੇ ਬੈਚ ਜਿਹੜੇ ਅਸੀਂ ਬੈਚ ਸ਼ੁਰੂ ਕੀਤੇ ਸੀ ਵੈਸੇ ਤਾਂ 11 April ਤੋਂ ਸ਼ੁਰੂ ਹੋ ਗਏ ਸੀਗੇ ਬਟ ਕੋਈ ਚੱਕਰ ਨਹੀਂ ਹੈ ਕੋਈ ਚੱਕਰ ਨਹੀਂ ਹੈ 11 12 13 14 15 ਪੰਜ ਦਿਨ ਹੋਏ ਨੇ ਸ਼ਨੀਵਾਰ ਹੋਇਆ ਐਤਵਾਰ ਹੋਇਆ ਸੌਰੀ 11 12 13 14 15 ਸ਼ਨੀਵਾਰ ਨੂੰ ਕਲਾਸ ਨਹੀਂ ਹੁੰਦੀ ਐਤਵਾਰ ਨੂੰ ਕਲਾਸ ਨਹੀਂ ਹੁੰਦੀ ਅੱਜ ਪੰਜਵੀਂ ਕਲਾਸ ਹੈ ਅੱਜ ਫਿਫਥ ਡੇ ਹੈ ਕੋਈ ਚੱਕਰ ਨਹੀਂ ਹੋਇਆ ਅੱਜ ਪੰਜ ਦਿਨਾਂ ਦੀ ਤੁਹਾਨੂੰ ਮਿਲ ਜੂਗੀ ਰਿਕਾਰਡਡ ਕਲਾਸ ਪਟਵਾਰੀ ਤੇ ਐਕਸਾਈਜ਼ ਇੰਸਪੈਕਟਰ ਦੋਨੇ ਭਰੇ ਹੁਣ ਪੇਪਰ ਭਾਵੇਂ ਇੱਕ ਭਰਿਆ ਹੋਵੇ ਪੇਪਰ ਮੇਰੀ ਗੱਲ ਮੰਨੋ ਪਟਵਾਰੀ ਦਾ ਬੈਚ ਭਾਵੇਂ ਦੋਨੇ ਪਰੇ ਹੁਣ ਭਾਵੇਂ ਇੱਕ ਪਰਿਆ ਹੋਵੇ ਕਿਉਂਕਿ ਪਟਵਾਰੀ ਦੇ ਬੈਚ ਵਿੱਚ ਮੈਥ ਵਧੀਆ ਹੈ ਤੇ ਤੁਹਾਨੂੰ ਪਟਵਾਰੀ ਦਾ ਬੈਚ ਮਿਲ ਰਿਹਾ ਸਿਰਫ ਔਰ ਸਿਰਫ 880 ਰੁਪਈਆਂ ਦਾ ਇਹ ਪਹਿਲਾਂ ਜਦੋਂ ਲਾਂਚ ਹੋਇਆ ਸੀਗਾ 1700 ਤੋਂ ਕੁਛ ਦਾ ਸੀਗਾ ਜਦੋਂ ਆਪਾਂ ਡਿਸਕਾਊਂਟ ਕੋਡ ਲਾਉਂਦੇ ਸੀ Y383Y383 ਲੇਕਿਨ ਅੱਜ ਤੁਹਾਡੇ ਕੋਲ ਲਾਸਟ ਮੌਕਾ ਹੈ अज थोड़े को लास्ट मौका है अब सतारा अप्रैल रात बारह बजे नहीं कल जो टीम बंद करूंगी कल सवेर तक ये बैच गायब हो जाने फिर यही सोचते रहोंगे कि काश वो बैच एनरोल कर लेंद्री है अब तो चालीस साल बाद काश उस भीडियो सर ने दसा कि बैच में एनरोल कर लादा की पता मेरा पेपर पास ही हो जाता की पता मैं पटवारी लग जाता की पता अज मैं नैब तहसीलदार लग्या होंगे प्रमोशन तो हो जागी ना तीस साल तक पटवारी तो ਕਾਨੂੰਗੋ ਕਾਨੂੰਗੋ ਤੋ ਨੈਤ ਸਿਲਾਰਤ ਲੱਗੀ ਜਾਓਗੇ 30 ਸਾਲਾਂ ਤੱਕ ਤਾਂ ਇਹ ਨਾ ਆਣਦੇ ਹੋ ਆਪਣੇ ਮਨ ਦੇ ਅੰਦਰ ਕਾਸ਼ ਵਾਲਾ ਵਰਡ ਨਾ ਆਣਦੇ ਪ੍ਰਾਈਸ ਤੁਹਾਡੇ ਲਈ ਬਿਲਕੁਲ ਹੀ ਗੇਰਤਾ ਕਿਉਂਕਿ ਸਿੱਧੀ ਜੀ ਗੱਲ ਹੈ ਬੇਸਿਕ ਜੀ ਗੱਲ ਹੈ 4 ਦਿਨ ਖੁੱਲ ਚੁੱਕੀ ਹੈ ਕਲਾਸ ਤਾਂ ਇਹ ਤੁਹਾਨੂੰ ਮਿਲ ਜੂਗੀ ਰਿਕਾਰਡਡ ਤੇ ਇਹ ਤੁਹਾਡੇ ਲਈ ਕਿਉਂ ਗੇਰਿਆ ਪ੍ਰਾਈਸ ਇੱਕ ਤਾਂ ਹਟਾਰੇ ਨੇ ਬੈਚ ਆਬਵੀਜੀ ਗੱਲ ਹੈ ਦੂਜੀ ਚੀਜ਼ ਜਿਹੜਾ ਬੱਚਾ ਫੋਰਡ ਨਹੀਂ ਕਰ ਸਕਦਾ ਸੀਗਾ ਉਹਦੇ ਕੋਲ ਮੌਕਾ ਹੈ ਭਾਵੇਂ ਪਟਵਾਰੀ ਦੀ ਤਿਆਰੀ ਕਰ ਰਹੇ ਹੋ ਭਾਵੇਂ ਐਕਸਾਈਟ ਦੀ ਤਿਆਰੀ ਕਰ ਰਹੇ ਹੋ ਬੰਪਰ ਚਾਂਸ ਹੈ ਤੁਹਾਡੇ ਕੋਲ ਧਿਆਨ ਰੱਖਣਾ ਹੈ ਇਹ ਤੁਹਾਨੂੰ ਮੈਂ ਦੱਸ ਦੇਣਾ ਹੈ ਰੋਲ ਕਿਦਾਂ ਕਰ ਸਕਦੇ ਹੋ ਤਾਂ ਤੁਹਾਨੂੰ ਓਪਨ ਕਰਨਾ ਹੈ ਜੀ adda247.com ਯਾਨੀ adda247.com ਓਪਨ ਕਰਨਾ ਹੈ ਤੇ ਜਿਹੜੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਪੰਜਾਬ ਪਟਵਾਰੀ ਤਾਂ ਪੰਜਾਬ ਪਟਵਾਰੀ ਲਿਖ ਦਿਓ ਪੰਜਾਬ ਐਕਸਾਈਜ਼ ਤਾਂ ਐਕਸਾਈਜ਼ ਲਿਖ ਦਿਓ ਮੈਂ ਲਿਖਣ ਜਾ ਰਿਹਾ ਪੰਜਾਬ ਪਟਵਾਰੀ ਠੀਕ ਹੈ ਜੀ ਆਹ ਲਿਖਦਾ ਮੈਂ ਪੰਜਾਬ ਪਟਵਾਰੀ ਪੰਜਾਬ ਪਟਵਾਰੀ ਸਰਚ ਕੀਤਾ ਮੈਂ ਇਹ ਦੇਖੋ ਆ ਗਿਆ ਪੰਜਾਬ ਪਟਵਾਰੀ ਇਹ ਕਰਤਾ ਮੈਂ ਸਰਚ ਇਹ ਆ ਗਿਆ ਦੇਖੋ ਪੰਜਾਬ ਪਟਵਾਰੀ ਰਿਵੀਜ਼ਨ ਬੈਚ ਇੱਥੇ 1000 ਰੁਪਏ ਦਾ ਦਿੱਤਾ ਹੋਇਆ ਬਸ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਡਿਸਕਾਊਂਟ ਕੋਡ ਦੱਸਿਆ ਨਾ ਆਪਣਾ ਥੋੜਾ ਸਾਡਾ ਸਾਰਿਆਂ ਦਾ ਪੰਜਾਬ ਦਾ ਡਿਸਕਾਊਂਟ ਕੋਡ Y383Y3 ਤਰ੍ਹਾਂ ਸੀ। ਵਿਊ ਆਫਰ ਤੇ ਕਲਿੱਕ ਕਰੋਗੇ ਮੋਰ ਆਫਰ ਤੇ ਜਾ ਕੇ ਮੋਰ ਆਫਰ ਤੇ ਜਾ ਕੇ ਫਿਰ ਡਿਸਕਾਊਂਟ ਕੋਡ ਭਰ ਦੋਗੇ Y383Y383 ਤੇ ਆਹ ਵੇਖੋ ਕਿੰਨੇ ਦਾ ਪੈ ਗਿਆ 919 ਦਾ Y383 ਲਾ ਕੇ। ਲੇਕਿਨ ਤੁਹਾਡੇ ਲਈ ਹੋਰ ਕੱਟ ਕਰ ਦੋਗੇ ਆਪਾਂ ਕਿਦਾਂ ਕਰ ਦੋਗੇ ਕੱਟ ਇਹ ਹੋਰ ਕੱਟ ਆਪਾਂ ਜਾਵਾਂਗੇ ਅੱਡਾ 247 ਦੀ ਐਪ ਉੱਪਰ। ਪੰਜਾਬ ਪਟਵਾਰੀ ਸਰਚ ਕਰੋਗੇ ਫਿਰ ਡਿਸਕਾਊਂਟ ਕੋਡ ਭਰੋਗੇ Y383Y383 ਤੇ ਨਾਲ-ਨਾਲ ਭਰ ਦੋਗੇ ਅਸੀਂ ਉੱਥੇ কয়ਨਸ ਤੇ ਸਾਨੂੰ ਪੈ ਜਾਊਗਾ ਸਿਰਫ ਔਰ ਸਿਰਫ 880 ਦਾ ਚਲੋ ਇਹ ਤਾਂ ਬਹਾਨਾ ਹੈ ਬਸ ਯਾਰ ਵੀ ਤੁਹਾਡਾ ਅਸੀਂ ਪ੍ਰਾਈਸ ਡ੍ਰੌਪ ਕਰਤਾ ਅੱਜ ਕਿਉਂਕਿ ਸਾਫ ਹੋ ਰਿਹਾ ਹੈ ਤਿਆਰੀ ਕਰਨੀ ਹੈ ਯਾਰ ਕਰੰਟ ਅਫੇਅਰ ਦੀ ਟੈਨਸ਼ਨ ਹੈ ਕਰੰਟ ਅਫੇਅਰ ਦੀ ਪਹਿਲੀ ਹੀ ਕਲਾਸ ਲੱਗੀ ਅੱਜ ਕਵਰ ਹੋ ਜਾਊਗਾ ਸਾਰਾ ਕੰਪਾਈਲੇਸ਼ਨ ਮਿਲ ਜਾਊਗੀ ਅਕਤੂਬਰ ਤੋਂ ਲੈ ਕੇ ਮਈ ਤੱਕ ਦੀ ਮਈ ਤੱਕ ਦੀ ਜ਼ਿੰਮੇਵਾਰੀ ਮੇਰੀ ਪੜਨ ਵਾਲੇ ਬਣੋ ਯਾਰ ਪਹਿਲਾਂ ਇਹ ਬੈਚ ਹੁੰਦਾ ਸੀ ਕਿ 1700 ਦਾ ਬੱਚੇ ਨਹੀਂ ਅਫੋਰਡ ਕਰ ਸਕਦੇ ਸੀ ਕਿ ਅਸੀਂ ਤੋੜਤਾ ਪ੍ਰਾਈਸ ਤੇ ਕੱਲ ਸਵੇਰ ਤੱਕ ਗਾਇਬ ਹੋ ਜਾਣਾ ਬੈਚ ਇਹ ਦੁਬਾਰਾ ਇਹ ਕਹਿੰਦਾ ਜਿੰਦਗੀ ਚ ਇੱਕ ਸ਼ਬਦ ਨਾਣਦੇ ਹੋ ਕਦੇ ਵੀ ਕਾਸ਼ ਕਿ ਜੇ ਕਦੇ ਕਾਸ਼ ਆ ਗਿਆ ਨਾ ਜਿੰਦਗੀ ਵਿੱਚ ਆਪਣੇ ਆਪ ਨੂੰ ਸ਼ਕਲ ਦਿਖਾਣ ਦੇ ਲਾਇਕ ਨਹੀਂ ਰਹੋਗੇ 10 ਦਸ ਰਿਹਾ ਮੈਂ ਤੁਹਾਨੂੰ ਮੈਂ ਗੱਲ ਮੇਰੇ ਨਾਲ ਹੋ ਚੁੱਕਾ ਮੈਂ ਮੇਰੇ ਨਾਲ ਕੀ ਹੋਇਆ ਸੀ ਮੈਂ ਨਾ ਇੰਡੀਆ ਦਾ ਪੇਪਰ ਦਿੱਤਾ ਸੀ 12ਵੀਂ ਚ ਮੈਨੂੰ ਲੱਗਾ ਜੀ ਐਂਡੀਏ ਦਾ 12ਵੀਂ ਦੇ ਦੇ ਸਕਦੇ ਹੋਣੇ ਉਹ ਤਾਂ ਬਾਅਦ ਚ ਪਤਾ ਲੱਗਾ ਤੁਸੀਂ 20 ਕਿ ਸਾਲ ਤੱਕ ਦੇ ਸਕਦੇ ਹੋ ਇੰਡੀਆ ਦਾ ਪੇਪਰ ਮੈਂ ਹੁਣ ਤੱਕ ਸੋਚਦਾ ਰਹਿਨਾ ਉਹ ਚੀਜ਼ ਨਾ ਯਾਰ ਕਾਸ਼ ਮੈਂ ਪਤਾ ਨਹੀਂ ਯਾਰ ਇੰਟਰਨੈਟ ਵੀ ਸੀ ਯਾਰ ਬਾਕੀ ਭਗਾਈ ਮਾਰਦੇ ਰਹਿੰਦੇ ਸੀ ਜਿੱਦਾਂ ਤੁਸੀਂ ਇੰਸਟਾਗ੍ਰam ਰੀਲਾਂ ਚ ਲਾ ਰਹੇ ਹੋ ਨਾ ਸ਼ਾਰਟ ਦੇਖਦੇ ਰਹਿੰਦੇ ਹੋ YouTube ਤੇ ਬਹਿ ਕੇ ਉਹੀ ਕੰਮ ਕਰਦੇ ਸੀ ਅਸੀਂ ਵੀ ਉਸ ਟਾਈਮ ਬਸ ਰੀਲਾਂ ਨਹੀਂ ਹੁੰਦੀ ਸੀ ਉਸ ਟਾਈਮ ਔਰ ਕੁਟੂਰ ਕੁਟ ਹੁੰਦਾ ਸੀਗਾ 2013 ਦੀ ਗੱਲ ਹੈ ਇਹ ਤਾਂ ਕਾਸ਼ ਵਰਡ ਨਾ ਆਣਦੇ ਆਪਣੀ ਜ਼ਿੰਦਗੀ ਵਿੱਚ ਨਾ ਕਾਸ਼ ਵਰਡ ਨਾ ਆਣਦੇ ਦੁਬਾਰੇ ਮੈਂ ਕਹਿਣਾ ਮੌਕਾ ਹੈ ਲਾਸਟ ਮੀ ਨਾ ਰਹੇਗਾ ਆਪਣੇ ਜਿੰਨੀ ਜਾਣ ਸਾਰੀ ਝੋਕ ਦੋ ਹੋਰ ਥੋੜੀ ਤਿਆਰੀ ਕਰਾ ਦੇਣਾ ਹੋਰ ਸੁਣੋ 23 ਅਪ੍ਰੈਲ ਨੂੰ ਦਿਨ 23 ਅਪ੍ਰੈਲ ਨੂੰ ਐਤਵਾਰ ਹੈ ਇਹ ਆਣ ਵਾਲਾ ਐਤਵਾਰ 23 ਅਪ੍ਰੈਲ 2023 ਨੂੰ ਦੁਪਹਿਰੇ 12 ਵਜੇ ਕਿੰਨੇ ਵਜੇ ਦੁਪਹਿਰੇ 12 ਵਜੇ ਤੁਹਾਡੇ ਲਈ ਮੈਂ ਇੱਕ ਲਾਈਵ ਟੈਸਟ ਲੈ ਰਿਹਾ YouTube ਉੱਪਰ ਫ੍ਰੀ ਆਫ ਕਾਸਟ ਕੋਈ ਪੈਸਾ ਨਹੀਂ ਹੁੰਦਾ ਫ੍ਰੀ ਆਫ ਕਾਸਟ ਸਾਰਿਆਂ ਲਈ ਪਿਛਲੀ ਵਾਰ 2000 ਬੱਚੇ ਨੇ ਦਿੱਤਾ ਸੀਗਾ ਹੁਣ ਤਾਂ ਪਟਵਾਰੀ ਦਾ ਪੇਪਰ ਐਕਸਰਸਾਈਜ਼ ਦਾ ਪੇਪਰ ਵੀ ਘਟੋ ਘਟ ਪੰਜ 7000 ਬੱਚਾ ਪੇਪਰ ਦਊਗਾ ਉਹ ਇਦੇ ਵਿੱਚ ਆ ਕੇ ਪੇਪਰ ਦਿਓ ਆਪਣੀ ਤਿਆਰੀ ਪਤਾ ਲੱਗੂਗੀ ਜੇ ਸੋਚ ਰਹੇ ਹੋ ਕਿ ਸਰ ਤਿਆਰੀ ਹੈ ਹੀ ਨਹੀਂ ਸਾਡੀ ਟੈਨਸ਼ਨ ਨਹੀਂ ਲੈਣੀ ਜਿੰਨੀ ਤਿਆਰੀ ਹੈ ਨਾ ਉਹਨੇ ਨਾਲ ਦੋ ਪੇਪਰ ਮੈਂ ਸਾਰਿਆਂ ਦੇ ਮਾਰਕਸ ਨਹੀਂ ਦੱਸਦਾ ਮੈਂ ਤੁਹਾਨੂੰ ਆਪਣੇ ਮਾਰਕਸ ਤੁਹਾਨੂੰ ਹੀ ਪਤਾ ਹੋਣੇ ਸਾਰੇ ਦੇ ਮੈਂ ਰੈਂਕ ਵੀ ਰਿਵੀਲ ਨਹੀਂ ਕਰਦਾ ਸਿਰਫ ਟੌਪ 10 ਦਿਖਾਉਣਾ ਮੈਂ ਆਪਣੀ ਤਿਆਰੀ ਆਪਣੇ ਆਪ ਨੂੰ ਦੇਖੋ ਫਿਰ ਉਸ ਤੋਂ ਬਾਅਦ ਜਦੋਂ ਵਧੀਆ ਹੋ ਜਾਣ ਉਸ ਤੋਂ ਬਾਅਦ ਦੁਬਾਰੇ ਦੇ ਕੇ ਦੇਖੋ ਪੇਪਰ ਰਜਿਸਟਰ ਕਰਨਾ ਪੈਣਾ ਬਸ ਤੁਹਾਨੂੰ ਰਜਿਸਟਰ ਦੇਖ ਲਓ ਕਿੱਦਾਂ ਕਰਨਾ ਇਹ ਵੀਡੀਓ ਚੱਲੀ ਹੋਈ ਹੈ ਨਾ ਇਹਦੀ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਆਇਓ ਵੀਡੀਓ ਨਾ ਜੇ ਫੋਨ ਹੈ ਟੈਡਾ ਹੈ ਸਿੱਧਾ ਕਰੋ ਵੀਡੀਓ ਦੇ ਥੱਲੇ ਇੱਕ ਡਿਸਕ੍ਰਿਪਸ਼ਨ ਹੋਗੀ ਉਹਦੇ ਉੱਤੇ ਕਲਿੱਕ ਕਰਿਓ ਉੱਥੇ ਲਿਖਿਆ ਹੋਊਗਾ ਡਾਊਨਲੋਡ ਆਰ ਅੱਡਾ 247 ਐਪ ਐਸੇ ਐ ਕਰਕੇ ਫਿਰ ਅੱਗੇ ਲਿਖਿਆ ਹੋਊਗਾ ਗਗਨਦੀਪ ਠੀਕ ਹੈ ਡਾਊਨਲੋਡ ਆਰ ਅੱਡਾ 247 ਐਪ ਗਗਨਦੀਪ ਸੀ ਐਸਾ ਕਰਕੇ ਐਦਾ ਕੁਝ ਲਿਖਿਆ ਹੋਊਗਾ ਉੱਥੇ ਕਲਿੱਕ ਕਰਕੇ ਐਪ ਇੰਸਟਾਲ ਕਰਨੀ ਹੈ ਜੇ ਤੁਹਾਨੂੰ ਟੈਸਟ ਦੇਣਾ ਹੈ ਜੇ ਤੁਸੀਂ ਸਿੱਧਾ ਐਪ ਸਟੋਰ ਤੇ ਜਾ ਕੇ ਸਿੱਧਾ ਪਲੇ ਸਟੋਰ ਤੇ ਜਾ ਕੇ ਇੰਸਟਾਲ ਕਰੋਗੇ ਫਿਰ ਤੁਸੀਂ ਟੈਸਟ ਨਹੀਂ ਦੇ ਪਾਉਂਗੇ ਕਿਉਂਕਿ ਤੁਸੀਂ ਰਜਿਸਟਰ ਨਹੀਂ ਹੋਵੋਗੇ रजिस्टर करना है पेपर देना है तो यह भीडियो चली हुई जाओ उप उसे मेरा नगनद करके गगनद होगा लेकिन उ अद्धा लिखा गगनदी लिखा आता उ कलिक करके एप इंस्टॉल करना है लॉग इन करना है बस एना काम करना है देखो बहाने मिलन गए बाद चयारी नहीं ਫਰੀ ਆਫ ਕਾਸਟ ਟੈਸਟ ਕਰਾ ਰਿਆ ਮੈਂ ਬਹਾਨਾ ਨਹੀਂ ਹੋਊਗਾ ਐਪ ਨਹੀਂ ਡਾਊਨਲੋਡ ਹੋ ਸਕਦੀ ਹੁਣ ਫਰੀ ਆਫ ਕਾਸਟ ਹੁੰਦੀ ਐ ਐਪ ਦਾ ਇਕੱਲਾ ਤੁਹਾਡਾ ਇੰਟਰਨੈਟ ਖਰਚ ਹੋਊਗਾ ਥੋੜਾ ਜਿਹਾ ਤਾਂ ਧਿਆਨ ਰੱਖੋ ਜੇ ਅਫੋਰਡ ਕਰ ਸਕਦੇ ਹੋ ਤਾਂ ਇਹ ਬੈਚ ਤੁਹਾਡੇ ਲਈ ਬਹੁਤ ਜ਼ਿਆਦਾ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਇਹ ਡਿਸਕਾਊਂਟ ਕੋਡ ਪੰਜਾਬ ਦਾ ਡਿਸਕਾਊਂਟ ਕੋਡ Y383Y383 ਲਾ ਕੇ ਤੇ ਨਾਲ ਨਾਲ ਟੈਸਟ ਵਿੱਚ ਅਨਰੋਲ ਕਰੋ ਮੇਰੇ ਨਾਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਡਾਊਨਲੋਡ ਆ ਰੱਡਾ 24/7 ਐਪ ਗਗਨਦੀਪ ਸਿੰਘ ਜਿੱਥੇ ਲਿਖਿਆ ਹੋ ਉੱਥੇ ਕਲਿੱਕ ਕਰਕੇ ਰਜਿਸਟਰ ਕਰੋ ਮਤਲਬ ਕਲਿੱਕ ਕਰੋਗੇ ਨਾ ਤੁਹਾਨੂੰ ਐਪ ਸਟੋਰ ਤੇ ਲੈ ਕੇ ਜਾਊਗਾ ਉੱਥੇ ਜਾ ਕੇ ਬਸ ਐਪ ਨੂੰ ਇੰਸਟਾਲ ਕਰਨਾ ਹੈ ਤੇ ਲੌਗਇਨ ਕਰਨਾ ਹੈ ਦੈਟ ਇਜ਼ ਇਟ ਹੋਰ ਕੁਝ ਵੀ ਨਹੀਂ ਕਰਨਾ ਆਟੋਮੈਟਿਕਲੀ ਰਜਿਸਟਰ ਹੋ ਜਾਓਗੇ ਤੇ ਸੰਡੇ ਨੂੰ ਤੁਹਾਡੇ ਕੋਲ ਟੈਸਟ ਆ ਜਾਊਗਾ ਲਾਈਵ ਟੈਸਟ ਹੋਊਗਾ ਦੁਬਾਰੇ ਮੈਂ ਕਹਿੰਦਾ ਉੱਥੇ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਐਕਸਟਰਾ ਦਊਂਗਾ ਪਟਵਾਰੀ ਦੇ ਪ੍ਰੀਵੀਅਸ ਈਅਰ ਪੇਪਰ ਐਕਸਰਸਾਈਜ਼ ਦੇ ਪ੍ਰੀਵੀਅਸ ਈਅਰ ਪੇਪਰ ਤੇ ਆਪਣਾ ਸਟੈਟਿਕ ਜੀਕੇ ਦੇ ਕੁਝ ਸਪੈਸ਼ਲ ਨੋਟਸ ਮਿਲਣਗੇ ਫਰੀ ਆਫ ਕਾਸਟ ਹੈ ਠੀਕ ਹੈ ਜੀ ਬਾਕੀ ਜੇ ਹੁਣ ਤੱਕ انرੋਲ ਨਹੀਂ ਕੀਤਾ ਦੁਬਾਰੇ ਮੈਂ ਕਹਿੰਨਾ ਕਰ ਲਓ ਤੇ ਆਪਣੀ ਜ਼ਿੰਦਗੀ ਉਹ ਨਾ ਕਾਸ਼ ਸ਼ਬਦ ਨੂੰ ਨਾ ਐਦਾਂ ਮਟਾ ਦਿਓ ਧਿਆਨ ਕੀ ਰੱਖਣਾ ਜੀ ਡਿਸਕਾਊਂਟ ਕੋਡ Y383Y383 올 ਦਾ ਬੈਸਟ ਬਾਏ